ਜੀ ਦੋਸਤੋ, ਅਸੀਂ ਲਗਾ ਰਹੇ ਹਾਂ ਚਾਹ ਵਾਲਾ ਫਲੈਕਸ ਬੋਰਡ ਪੇਪਰ ਜਿਹਨੂੰ ਕਹਿ ਦਿੰਦੇ ਨੇ। ਫਾਈਨਲੀ ਅੱਜ ਲਗਾ ਹੀ ਦਿੱਤਾ ਟਾਈਮ ਜਿਹਾ ਕੱਢ ਕੇ, ਅਤੇ ਗਿੱਟੀਆਂ ਨਾਲ ਲਾਇਆ। ਜਿੱਥੇ ਥੋੜ੍ਹੀ ਜਿਹੀ ਗੈਪ ਵਾਲੀ ਜਗ੍ਹਾ ਜ਼ਿਆਦਾ ਉੱਥੇ ਲਾ ਲਓ, ਇੱਥੇ ਲਾ ਦਿਓ, ਇੱਕ ਇੱਥੇ ਲਾ ਲਓ, ਬਾਕੀ ਫਿਰ ਲਿਆਉਂਗੇ ਗਿੱਟੀਆਂ, ਫਿਰ ਲਾ ਦਿਓ। ਆਪਣੀ ਰਸੋਈ ਦੀ ਸਫਾਈ ਹੋ ਚੁੱਕੀ ਹੈ, ਅਤੇ ਸੈਲਫ ਵਗੈਰਾ, ਇੰਡਕਸ਼ਨ ਵਗੈਰਾ ਅਤੇ ਪੋਚਾ ਵਗੈਰਾ ਲੱਗ ਗਿਆ ਸਾਰਾ ਕੁਛ, ਭਾਂਡੇ ਵੀ ਮਾਂਜੇ ਪਏ ਨੇ। ਅਤੇ ਆਹ ਚੀਜ਼ ਮੈਂ ਦਿਖਾਉਣਾ ਤੁਹਾਨੂੰ ਭੁੱਲ ਗਈ ਵੀ ਆਪਾਂ ਨੇ ਫਾਈਨਲ ਲੁੱਕ ਇਹਦਾ ਦੇਖ ਲਓ ਕਿਵੇਂ ਦਾ ਲੱਗਦਾ ਹੈ, ਜਿਹੜਾ ਆਪਾਂ ਨੇ ਫਲੈਕਸ ਬੋਰਡ 'ਚ ਲਵਾਇਆ ਵਾ। ਬੋਰਡ ਨਹੀਂ ਕਹਿ ਸਕਦੇ ਇਹਨੂੰ, ਪੇਪਰ ਹੀ ਕਹਿ ਸਕਦੇ ਹਾਂ ਨਾ। ਆਹ ਸੈਲਫ ਵਾਲਾ ਹੀ ਕੱਪੜਾ ਹੁੰਦਾ ਜਿਹੜੀ ਸੈਲਫਾਂ ਦੇ ਵਿੱਚ ਆਈਦਾ, ਆਹੀ ਚੀਜ਼ ਲੈ ਕੇ ਆਏ ਹਾਂ ਅਸੀਂ ਇਹਦੇ ਵਾਸਤੇ, ਨੀਚੇ ਵਾਸਤੇ ਵੀ ਲਾਉਣ ਨੂੰ। ਬਸ ਪ੍ਰਿੰਟ ਥੋੜ੍ਹਾ ਅਲੱਗ ਹੈ, ਇਹਨੂੰ ਤਾਂ ਅਸੀਂ ਧੋ ਧੋ ਕੇ ਉਦਣ ਦੁਬਾਰਾ ਵਿਛਾਤਾ ਸੀਗਾ। ਅਤੇ ਰਸੋਈ ਦੀ ਸਾਫ਼ ਸਫਾਈ ਹੋਣ ਤੋਂ ਬਾਅਦ ਰਸੋਈ ਵੀ ਬਹੁਤ ਸੋਹਣੀ ਲੱਗਦੀ ਹੈ, ਕੰਟੇਨਰ ਵੀ ਸਾਰੇ ਅੱਛੇ ਲੱਗ ਰਹੇ ਨੇ, ਭਾਂਡੇ ਵੀ। ਅਤੇ ਆ ਫਲੈਕਸ ਬੋਰਡ ਪੇਪਰ ਲੱਗਣ ਤੋਂ ਬਾਅਦ ਦੇਖ ਲਓ ਕਿਵੇਂ ਦਾ ਲੱਗ ਰਿਹਾ, ਦੂਰੋਂ ਦਿਖਾ ਦਿੰਦੀ ਹਾਂ ਥੋੜ੍ਹਾ ਜਿਹਾ। ਹਾਂ ਦੇਖ ਲਓ ਵਧੀਆ ਲੱਗ ਰਿਹਾ ਨਾ, ਮੈਨੂੰ ਬਹੁਤ ਵਧੀਆ ਲੱਗ ਰਿਹਾ। ਹਾਂ, ਸਾਡੀ ਰਸੋਈ ਦਾ ਫਾਈਨਲ ਲੁੱਕ ਹੈ। ਹੈਲੋ ਐਵਰੀਵਨ, ਕਿਵੇਂ ਹੋ ਤੁਸੀਂ? ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਅਸੀਂ ਵੀ ਸਾਰੇ ਠੀਕ ਹੈ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜਾਨਵੀ ਭਾਵਨਾ ਬਲੌਗ 'ਚ। ਅਤੇ ਮੈਂ ਸਾਰਾ ਘਰ ਦਾ ਕੰਮ ਕਰ ਲਿਆ ਵਾ, ਪੋਚੇ ਜਾਨਵੀ ਨੇ ਲਾਤੇ ਆ, ਅਤੇ ਕੰਮ ਆਪਣਾ ਸਾਰਾ ਨਿਬੜ ਗਿਆ। ਅਤੇ ਧੁੱਪ ਬਹੁਤ ਤੇਜ਼ ਹੋ ਰਹੀ ਹੈ, ਅਤੇ ਵਿਹਲੀ ਤਾਂ ਮੈਂ ਕਦੋਂ ਦੀ ਹੋ ਗਈ ਸੀ, ਬਟ ਬਲੌਗ ਬਣਾਉਣਾ ਮੈਂ ਭੁੱਲ ਗਈ। ਅਤੇ ਮੈਂ ਥੋੜ੍ਹਾ ਜਿਹਾ ਕੱਪੜਾ ਸੈੱਟ ਜਿਹਾ ਕਰਕੇ ਹਟੀ ਹਾਂ, ਹੁੱਕਾਂ ਜੀਆਂ ਲਾਉਣੀਆਂ ਸੀ ਕਿਸੇ ਕੱਪੜੇ ਦੇ, ਅਤੇ ਮੈਂ ਉਹ ਲਾ ਕੇ ਹਟੀ ਹਾਂ। ਅਤੇ ਭਾਵਨਾ ਸਾਡੀ ਸੌ ਕੇ, ਮਤਲਬ ਅਸੀਂ ਨਹਾ ਲਏ ਸੀਗੇ, ਨਹਾਉਣ ਤੋਂ ਬਾਅਦ ਭਾਵਨਾ ਸੌ ਕੇ ਉੱਠੀ ਆ। ਕੀ ਖਾਣਾ, ਕੀ ਖਾਣਾ ਵਾ? ਖਾ ਲਓ ਚੀਜ਼ੀ, ਚੀਜ਼ੀ ਖਾ ਲਓ, ਰੋਣਾ ਨਹੀਂ ਹੈਗਾ, ਠੀਕ ਹੈ? ਹਾਂ, ਰੋਣਾ ਨਹੀਂ ਹੈਗਾ, ਚੀਜ਼ੀ ਖਾ ਲਓ। ਹੋਰ ਦੇਊਂਗੀ ਫਿਰ ਚੀਜ਼ੀ, ਮੈਂ ਚੀਜ਼ੀ ਹੋਰ ਦੇ ਦੂੰ ਮੇਰੇ ਪੁੱਤ ਨੂੰ। 12 ਵੱਜ ਗਏ ਨੇ ਪੂਰੇ, ਜਾਨਵੀ ਰੈਸਟ ਕਰ ਰਹੀ ਆ, ਅਤੇ ਟੀ ਵੀ ਵੋਚ ਕਰ ਰਹੀ ਆ ਨਾਲ। ਅਤੇ ਅੱਜ ਇਹਦੇ ਡੈਡੀ ਵੀ ਘਰ ਨੇ, ਅਤੇ ਉਹ ਵੀ ਕਰ ਰਹੇ ਨੇ ਰੈਸਟ, ਕਿਉਂਕਿ ਉਹਨਾਂ ਦੀ ਤਬੀਅਤ ਥੋੜ੍ਹੀ ਜਿਹੀ ਠੀਕ ਨਹੀਂ ਸੀ ਗਈ। ਫਿਰ ਮੈਂ ਕਹਿ ਤਾ ਮੈਂ ਤੁਸੀਂ ਰੈਸਟ ਕਰ ਲਓ, ਜਦੋਂ ਠੀਕ ਹੀ ਨਹੀਂ ਹੈਗੇ ਫਿਰ ਕੰਮ 'ਤੇ ਕਿਵੇਂ ਜਾਊਂਗੇ, ਇਸ ਕਰਕੇ। ਅਤੇ ਮੈਂ ਬਣਾਉਂਗੀ ਹੁਣ ਨਿੰਬੂ ਪਾਣੀ, ਵੈਸੇ ਤਾਂ ਜਾਨਵੀ ਬਣਾਉਂਦੀ ਹੁੰਦੀ ਆ, ਪਰ ਅੱਜ ਜਾਨਵੀ ਠੀਕ ਨਹੀਂ ਹੈਗੀ, ਇਸ ਕਰਕੇ ਮੈਂ ਹੀ ਬਣਾਉਂਗੀ ਨਿੰਬੂ ਪਾਣੀ। ਆਹ ਰੱਖ ਦਿੰਦੇ ਆਪਾਂ ਇੱਥੇ, ਤਾਂ ਕਿ ਜਾਨਵੀ ਨੂੰ ਪਤਾ ਨਾ ਲੱਗੇ, ਨਹੀਂ ਤਾਂ ਉਹ ਖਾ ਜੂਗੀ ਅਤੇ ਸਾਡਾ ਬਿਨਾਂ ਖਾ ਰਿਹਾ ਚੀਜ਼ੀ। ਚਲੋ ਆਪਾਂ ਬਣਾ ਲੈਂਦੇ ਹੁਣ ਨਿੰਬੂ ਪਾਣੀ।
ਲਓ ਜੀ, ਆਪਾਂ ਨੇ ਸਾਰਾ ਸਮਾਨ ਵੀ ਸਾਂਭਤਾ ਅਤੇ ਹੁਣ ਆਪਾਂ ਕਰਾਂਗੇ ਪਾਣੀ ਨੂੰ ਸਰਵ। ਠੀਕ ਹੈ, ਦੇਖ ਵਧੀਆ ਬਣਿਆ ਮੇਰੇ ਤੋਂ। ਮੰਮੀ ਬਣਾਇਆ ਕਰੂਗੀ ਅੱਗੇ ਤੋਂ, ਅਗਰ ਵਧੀਆ ਬਣਿਆ। ਮੰਮੀ ਨਹੀਂ ਬਣਾਉਂਦੀ, ਮੰਮੀ ਨੂੰ ਹੋਰ ਕੰਮ ਦੇ ਰਿਹਾ। ਇਹਨੂੰ ਪਿਆ ਦੇ ਪਾਣੀ, ਇਹ ਤਾਂ ਪਾਣੀ ਦਿੰਦੇ ਆ ਇਹਨੂੰ, ਭਾਵਨਾ ਦਾ ਪਾਣੀ ਦਿੰਦੇ, ਭਾਵਨਾ ਨੂੰ, ਭਾਵਨਾ ਉਹ ਪੀਊਗੀ। ਇਹ ਬੋਤਲ ਭਾਵਨਾ ਦੀ ਹੈ ਕਿਉਂਕਿ ਇਹਦੇ 'ਚ ਲੱਗ ਰਿਹਾ ਪਾਈਪ, ਅਤੇ ਉਹ ਪਾਈਪ ਦੇ ਥਰੂ ਪਾਣੀ ਖਿੱਚ ਲੈਂਦੀ ਹੈ। ਲੈ ਫੜਾ ਦੇ, ਖੋਲ੍ਹ ਕੇ ਫੜਾ ਦੇ, ਪੀ ਲਓ। ਗਰਮੀਆਂ 'ਚ ਠੰਡਾ ਪਾਣੀ ਪੀ ਕੇ, ਉਹ ਵੀ ਨਿੰਬੂ ਵਾਲਾ ਪਾਣੀ ਪੀ ਕੇ ਨਾ ਆਰਾਮ ਕਰ ਜੀ ਆ ਲੈਂਦੀ ਹੈ, ਕਿਉਂਕਿ ਧੁੱਪ ਇੰਨੀ ਤੇਜ਼ ਹੋ ਚੁੱਕੀ ਹੈ, ਗਰਮੀ ਇੰਨੀ ਤੇਜ਼ ਹੋ ਚੁੱਕੀ ਹੈ, ਅਤੇ ਜਦੋਂ ਠੰਡਾ ਠੰਡਾ ਕੁਛ ਮਿਲਦਾ ਨਾ, ਕੁਛ ਵੀ ਹੋਵੇ ਠੰਡਾ ਚੀਜ਼, ਵਧੀਆ ਲੱਗਦਾ। ਅਤੇ ਮੈਂ ਤੁਹਾਡੇ ਨਾਲ ਗੱਲਾਂ ਕਰਨ ਲੱਗ ਰਹੀ, ਭਾਵਨਾ ਨੂੰ ਲੱਗ ਰਿਹਾ ਕਿ ਪਤਾ ਨਹੀਂ ਮੰਮੀ ਕਿਹਦੇ ਨਾਲ ਬੋਲੀ ਜਾ ਰਹੀ ਹੈ। ਆਹ ਦੇਖੋ, ਤੁਸੀਂ ਬੋਲ ਬੋਲ, ਹੈਲੋ ਕਰਦੇ, ਹੈਲੋ ਕਰਦੇ, ਹੈਲੋ ਹਾਂਜੀ। ਦੋਸਤੋ, ਆਪਾਂ ਨੇ ਸ਼ਾਮ ਦੀ ਚਾਹ ਬਣਾ ਲਈ ਹੈ ਅਤੇ ਭਾਂਡੇ ਵੀ ਸਾਰੇ ਮਾਂਜ ਲਏ ਹੈ, ਅਤੇ ਦੇਖੋ ਅਜੇ ਤੱਕ ਆਪਣੀ ਰਸੋਈ ਜਿਹੜੀ ਕਲੀਨ ਪਈ ਹੈ ਬਿਲਕੁਲ ਹੀ, ਕਿਉਂਕਿ ਚਾਹ ਬਣਾ ਕੇ ਭਾਂਡੇ ਮਾਂਜ ਕੇ ਅਤੇ ਮੈਨੇ ਕੱਪੜਾ ਮਾਰਤਾ ਸੈਲਫ 'ਤੇ ਅਤੇ ਗੈਸ 'ਤੇ, ਅਤੇ ਹਜੇ ਰੋਟੀ ਪਾਣੀ ਦਾ ਕੋਈ ਵੀ ਅਰੇਂਜਮੈਂਟ ਨਹੀਂ ਕੀਤਾ ਮੈਨੇ, ਦੇਖਦੀ ਹਾਂ ਮੈਂ ਕੀ ਬਣਾਉਂਗੀ। ਅਤੇ ਭਾਵਨਾ ਨੂੰ ਜਾਨਵੀ ਨੇ ਕੁੱਟਿਆ, ਉਹ ਰੋਣ ਲੱਗ ਰਹੀ ਹੈ, ਕੁੱਟਿਆ ਨਹੀਂ ਮਤਲਬ ਝਿੜਕਤਾ। ਕਿਹਨੇ ਮਾਰਿਆ, ਕਿਹਨੇ ਮਾਰਤਾ, ਮੇਰੇ ਛੋਟੇ ਜਿਹੇ ਬੱਚੇ ਨੂੰ ਮਾਰਤਾ ਨੀ, ਦੇ ਦੇ ਜਾਨਵੀ, ਇੱਕ ਮਿੰਟ ਦਿਖਾ ਤਾਂ ਸਹੀ, ਸਭ ਨੂੰ ਦਿਖਾਵਾਂ ਮੈਂ। ਆ ਦੇ, ਆ ਭਾਵਨਾ ਮੰਗਦੀ ਸੀ ਜਾਨਵੀ ਕੋਲੋਂ, ਆ ਜਾਨਵੀ ਨੇ ਬਣਾਇਆ ਵਾ ਪੱਥਰ ਦਾ, ਪੱਥਰ ਤੇ ਪੇਂਟ ਕਰਕੇ ਤੇ ਆਹ ਚੀਜ਼ ਬਣਾਈ ਹੈ, ਤੇ ਆਹ ਭਾਵਨਾ ਮੰਗ ਰਹੀ ਹੈ ਤੇ ਉਹ ਇਹਨੂੰ ਦੇ ਨਹੀਂ ਰਹੀ ਹੈਗੀ, ਇਸ ਕਰਕੇ ਰੋ ਰਹੀ ਹੈ। ਤੇ ਹੁਣ ਦੇਖੋ ਕਿੰਨੀ ਖੁਸ਼ ਹੋ ਗਈ ਹੈ ਕਿਉਂਕਿ ਇਹਨੂੰ ਪੱਥਰ ਮਿਲ ਗਿਆ, ਮੰਮਾ ਨੇ ਦੇਤਾ ਇਹਨੂੰ, ਕੀ ਕਰੇਗੀ ਇਹਦਾ, ਹਾਂ ਹਾਂ ਕੀ ਕਰੇਗੀ, ਆਏ 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 ਆਏ, ਇੰਨਾ ਖੁਸ਼, ਇੱਕ ਖੁਸ਼ ਹੋ ਗਿਆ, ਦੂਜਾ ਉਦਾਸ ਹੋ ਗਿਆ, ਨੀ ਮੇਰੇ ਪੁੱਤ ਨੂੰ ਪੱਥਰ ਮਿਲ ਗਿਆ, ਖੇਡ ਲਾ ਇਹਦੇ ਨਾਲ, ਖੇਡ ਲਾ, ਖੇਲੀ ਕਰੇਗਾ, ਖੇਲੀ ਕਰੇਗਾ। ਭਾਵਨਾ ਨੇ ਪਾਇਆ ਅੱਜ ਕੁੜਤੇ ਦੇ ਨਾਲ। ਹਾਂਜੀ ਦੋਸਤੋ, ਆਪਣੀ ਸਲਾਹ ਬਣ ਗਈ ਹੈ ਵੀ ਅੱਜ ਆਪਾਂ ਸ਼ਾਮ ਨੂੰ ਕੀ ਬਣਾਉਣਾ ਹੈ, ਅਤੇ ਆਪਾਂ ਅੱਜ ਕੋਈ ਵੀ ਸਬਜ਼ੀ ਨਹੀਂ ਬਣਾਉਂਦੇ ਹੈਗੇ, ਆਪਾਂ ਬਣਾਵਾਂਗੇ ਅੱਜ ਚਟਨੀ, ਟਮਾਟਰ ਪਿਆਜ਼ ਦੀ ਚਟਨੀ। ਅਤੇ ਚਟਨੀ ਮੈਨੇ ਪੀਸ ਲਈ ਹੈ, ਇਹਦੇ ਵਿੱਚ ਚੋਪਿੰਗ ਬੋਰਡ 'ਚ ਕਰ ਲਈ ਹੈ, ਚੋਪਰ 'ਚ ਕੱਢ ਲਈ ਕਰ ਲਈ ਹੈ, ਸੋਰੀ ਚੋਪਰ 'ਚ, ਮੈਂ ਕੁੰਡੀ ਸੋਟੀ ਨਾਲ ਨਹੀਂ ਕੀਤੀ ਹੈਗੀ, ਮੈਂ ਚੋਪਰ 'ਚ ਵੀ ਕਰ ਲੈਂਦੀ ਹੁੰਦੀ ਹਾਂ, ਕਦੀ ਕਦੀ ਮੋਲ 'ਚ ਵੀ ਕਰ ਲੈਂਦੀ ਹੁੰਦੀ ਹਾਂ।
ਤੇ ਪਿਆਜ਼ ਤੇ ਗੰਢੇ ਆਪਾਂ ਨੇ ਕਰ ਲਏ ਆ ਚੋਪ। ਤੇ ਹੁਣ ਆਪਾਂ ਲਾਵਾਂਗੇ ਇਹਨੂੰ ਤੜਕਾ। ਇਹਨੂੰ ਆਪਾਂ ਤੜਕਾ ਲਾ ਲਾਂਗੇ ਹੁਣ। ਦੇਖ ਲਓ ਬਹੁਤ ਚੰਗੀ ਤਰ੍ਹਾਂ ਚੋਪ ਹੋ ਗਏ ਨੇ, ਸ਼ਾਇਦ ਤੁਸੀਂ ਚੰਗੀ ਤਰ੍ਹਾਂ ਦੇਖ ਪਾ ਰਹੇ ਹੋ। ਹਾਂਜੀ ਆਪਣਾ ਤੇਲ ਹੋ ਗਿਆ ਗਰਮ ਤੇ ਆਪਾਂ ਪਾ ਦੇਣੇ ਇਹਦੇ 'ਚ ਜੀਰਾ। ਤੇ ਹੁਣ ਪਾ ਦਿੰਦੇ ਹਾਂ ਕੀਤੇ ਹੋਏ ਗੰਢੇ। ਮੈਂ ਗੈਸ ਬੰਦ ਕਰਤਾ ਕਿਉਂਕਿ ਆਪਣਾ ਨਾ ਤੇਲ ਤੋਂ ਜ਼ਿਆਦਾ ਹੀ ਗਰਮ ਹੋ ਗਿਆ। ਆਪਾਂ ਗੈਸ ਔਨ ਕਰ ਦਿੰਦੇ ਹਾਂ। ਹਾਂਜੀ ਆਪਣੇ ਗੰਢੇ ਭੁੰਨਦੇ ਹੋਏ ਨਾ 5 ਤੋਂ 7 ਮਿੰਟ ਹੋ ਚੁੱਕੇ ਨੇ ਅਤੇ ਆਪਣੇ ਗੰਢੇ ਜਿਹੜੇ ਆ ਭੁੰਨੇ ਗਏ ਨੇ। ਅਤੇ ਹੁਣ ਆਪਾਂ ਪਾਵਾਂਗੇ ਇਹਦੇ 'ਚ ਮਿਰਚ ਅਤੇ ਨਮਕ। ਉਹ ਜੀ ਆਪਣੀ ਚਟਨੀ ਜਿਹੜੀ ਆ ਬਣ ਗਈ ਹੈ, ਦੇਖ ਲਓ ਕਿੰਨੀ ਵਧੀਆ ਬਣੀ ਹੈ। ਇੱਧਰ ਰੱਖਤਾ ਆਪਾਂ ਨੇ ਦੁੱਧ ਗਰਮ ਹੋਣ ਵਾਸਤੇ ਤੇ ਇਹਦੇ ਡੈਡੀ ਲੈ ਕੇ ਆਏ ਨੇ, ਕੀ ਲੈ ਕੇ ਆਏ ਨੇ, ਛੱਲੀਆਂ ਲੈ ਕੇ ਆਏ ਨੇ। ਹੋਰ ਭਾਵਨਾ ਵਾਸਤੇ ਸਮਾਨ ਲਗਾਇਆ ਸੀਗਾ, ਨਮਕੀਨ ਲੈ ਕੇ ਆਏ ਨੇ ਭਾਵਨਾ ਵਾਸਤੇ। ਇਹਦੇ 'ਚ ਸਬਜ਼ੀ ਲੈ ਕੇ ਆਇਆ ਭਿੰਡੀਆਂ ਦੀ। ਵੈਸੇ ਛੱਲੀਆਂ ਕਿਹੜੇ ਟਾਈਮ ਦੀ, ਮੀਂਹ ਤਾਂ ਪੈਂਦਾ ਨਹੀਂ। ਆ ਗਿਆ ਹੁਣ ਮੌਸਮ ਤੇ ਭਾਵਨਾ ਆਪਣੀ ਰੋਣ ਲੱਗ ਗਈ ਸੀ, ਪਤਾ ਨਹੀਂ ਕਿੱਧਰ ਗਈ ਕਿੱਧਰ ਗਈ। ਫਰੈਂਡਸ ਮੈਂ ਛੱਲੀ ਭੁੰਨ ਕੇ ਹਟੀ ਹਾਂ, ਆਹ ਦੇਖੋ। ਤੇ ਮੈਂ ਅੱਧੀ ਅੱਧੀ ਕਰਕੇ ਡੈਡੀ ਨੂੰ ਦੇਤੀ ਹੈ ਅਤੇ ਅੱਧੀ ਮੈਂ ਐਵੇਂ ਖੋਲ੍ਹ ਕੇ ਖਾਈ। ਇਸ 'ਚ ਨਿੰਬੂ ਅਤੇ ਕਾਲਾ ਨੂਣ ਪਾਇਆ ਮੈਨੂੰ ਐਵੇਂ ਖਾਣ 'ਚ। ਹਾਂਜੀ ਦੋਸਤੋ ਇਹਦੇ ਨਾਲ ਹੀ ਕਰਦੇ ਹਾਂ ਆਪਾਂ ਇਸ ਬਲੌਗ ਦੀ ਐਂਡਿੰਗ। ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਾ ਹੋਵੇ ਲਾਈਕ ਜ਼ਰੂਰ ਕਰਨਾ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਕਮੈਂਟ ਕਰ ਦਿਆ ਕਰੋ, ਸ਼ੇਅਰ ਕਰ ਦਿਆ ਕਰੋ। ਧੰਨਵਾਦ, ਬਾਏ ਬਾਏ।